ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕਮ, ਮੈਂ ਆਪਕਾ ਵੀਰ ਦੋਸਤ ਗੁਲਾਮ ਮੁਰਤਜ਼ਾ। ਤੁਸੀਂ ਵੇਖ ਰਹੇ ਮੁਰਤਜ਼ਾ ਟੀਵੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਇੱਕ ਬੈਲ ਦਾ ਬਟਨ ਉਹ ਵੀ ਓਕੇ ਕਰੋ, ਕਿਉਂਕਿ ਹਰ ਵੀਡੀਓ ਮੇਰੇ ਦੋਸਤਾਂ ਵੀਰਾਂ ਲਈ ਜਲਦੀ ਜਲਦੀ ਪਹੁੰਚ ਸਕੇ। ਇੱਕ ਸਹੀਵਾਲ ਦੀ ਅੱਜ ਗਾਂ ਲੈ ਕੇ ਆਇਆ ਦੋਸਤਾਂ ਵਾਸਤੇ। ਮਾਸ਼ਾਅੱਲਾ ਚੰਗਾ ਥਣ ਲੱਗਿਆ। 2 ਵਜੇ 3 ਵਜੇ ਤਕਰੀਬਨ ਵੀਡੀਓ ਬਣਾ ਰਿਹਾ। ਟਾਈਮ 2 ਵਜੇ ਨਾ, 3 ਵਜੇ ਵੀਡੀਓ ਬਣਾ ਰਿਹਾ। ਚੰਗਾ ਥਣ ਲੱਗਿਆ ਗਾਂ ਨੂੰ, ਸੀਲ ਗਾਂ, ਬੜੀ ਸੀਲ ਗਾਂ ਹੈ ਜੀ। ਵੇਖੋ ਮੁੱਠ ਮੁੱਠ ਦਾ ਥਣ ਹੈ। ਲੈ ਇਹਦੇ ਉੱਤੇ ਕੀ ਹੁੰਦਾ ਜੀ, ਸੀਲ ਗਾਂ, ਬਿਲਕੁਲ ਬੜੀ ਪਿਆਰੀ ਗਾਂ, ਮੁੱਠ ਮੁੱਠ ਦਾ ਥਣ ਲੱਗਿਆ, ਬੜੀ ਖੂਬਸੂਰਤ ਹੈ, ਪੂਰੀਆਂ ਵੰਡਾਂ ਦੇ ਥਣ ਨੇ। ਦੂਜੀਆਂ ਗੱਲਾਂ ਮਾਲਕ ਤੋਂ ਪੁੱਛ ਲੈਣੀਆਂ ਕੀ ਇਹਦਾ ਸਾਫਤਾ ਵਿੱਚ। ਛੋਟੇ ਛੋਟੇ ਸਿੰਘ ਨੇ, ਬੜੀ ਸੀਲ ਗਾਂ ਹੈ। ਦੇਖੋ ਪਰਾਂ ਟੋਰ ਨੂੰ ਟੋਰ ਹੈ, ਸੋਹਣਾ ਥਣ ਲੱਗਿਆ ਜੀ, ਬੜਾ ਪਿਆਰਾ ਥਣ ਲੱਗਿਆ। ਦੂਜੀਆਂ ਗੱਲਾਂ ਮਾਲਕ ਤੋਂ ਪੁੱਛ ਲੈਣੀਆਂ ਨੇ ਕਿੰਨੇ ਸੂਏ, ਕੀ ਇਹਦਾ ਹਿਸਾਬ ਕਿਤਾਬ ਪੂਰਾ ਲਾਇਆ। ਚੱਲ ਟੋਰੀ ਚੱਲ, ਮਗਰ ਜੀ ਵੱਛੀ ਬੜੀ ਸੋਹਣੀ ਵੱਛੀ ਹੈ, ਬੜੀ ਖੂਬਸੂਰਤ ਵੱਛੀ ਹੈ, ਬੜੀ ਪਿਆਰੀ, ਬੜੀ ਆਲਾ ਵੱਛੀ ਹੈ ਜੀ, ਮਗਰ ਬੜੀ ਖੂਬਸੂਰਤ ਵੱਛੀ ਹੈ ਜੀ। ਦੂਜੀਆਂ ਗੱਲਾਂ ਮਾਲਕ ਤੋਂ ਪੁੱਛ ਲੈਂਦੇ ਹਾਂ ਕੀ ਇਹਦਾ ਹਿਸਾਬ ਕਿਤਾਬ ਹੈ। ਸਲਾਮ ਅਲੈਕਮ ਜੀ ਭਾਈ ਜਾਨ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਹਰ ਤਰ੍ਹਾਂ। ਅੱਛਾ ਭਾਈ ਜਾਨ, ਇਹ ਕਿੰਨਵੇਂ ਸੂਏ? ਦੂਸਰੇ ਬਾਰੇ ਸੂਈ ਜਨਮਨ, ਦੂਸਰੇ ਜਨਮਨ ਜਨਮ। ਅੱਛਾ ਭਾਈ ਜਾਨ, ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਜਨਮਨ? ਇਹਨੂੰ ਜੀ 1 ਮਹੀਨਾ 13-14 ਦਿਨ ਹੋ ਗਏ। 1 ਮਹੀਨਾ 13-14 ਦਿਨ ਹੋ ਗਏ, ਬੜੀ ਬੈਸਟ, ਸਹੀ ਗੱਲ ਉਹ ਕਰਨੀ ਚਾਹੀਦੀ। ਹਾਂਜੀ ਹਾਂਜੀ ਬਿਲਕੁਲ। ਅੱਛਾ ਦੁੱਧ ਪੱਕਾ ਇਹਦੇ ਥੱਲੇ ਕਿੰਨਾ? ਪੱਕਾ ਠੰਡਾ ਕਰਦੇ 10 ਗੜਵੀਆਂ ਸਾਰਾ ਕੇ ਬੱਚੇ ਨੂੰ ਛੱਡਦੇ? ਬੱਚੇ ਨੂੰ ਛੱਡ ਕੇ। ਬੱਚੇ ਨੂੰ ਕਿੰਨਾ ਛੱਡਦੇ ਜੀ? 1 ਕਿਲੋ। 1 ਕਿਲੋ ਬੱਚੇ ਨੂੰ ਛੱਡਦੇ ਜੀ? 10 ਤੇ 2 12 ਲੀਟਰ ਦੁੱਧ ਹੈ, ਸਾਰਾ 12 ਲੀਟਰ ਦੁੱਧ ਹੈ। ਅੱਛਾ ਇਹਦਾ ਪਿਆਰ ਮੁਹੱਬਤ ਵਾਲੀ ਕੀਮਤ ਕਿੰਨੀ ਹੈ? ਪੱਕਾ ਜੀ ਫਾਈਨਲ, ਫਾਈਨਲ ਕਰਦੇ ਪੱਕਾ? ਇੱਕੋ ਗੱਲ ਫਾਈਨਲ ਤੋਂ ਫਾਈਨਲ 1,30,000 ਦੀ 1 ਲੱਖ ਇਹਦੇ ਜੀ ਪਿਆਰ ਮੁਹੱਬਤ ਹੈਗਾ, ਕੋਈ ਨਹੀਂ ਥੋੜ੍ਹਾ ਬਹੁਤ ਹੋ ਜਾ, ਥੋੜ੍ਹਾ ਬਹੁਤ ਹੋ ਜਾਏਗਾ, ਬੜੀ ਮਿਹਰਬਾਨੀ। ਠੀਕ ਹੈ, ਕਿਸ ਦੋਸਤ ਵੀਰ ਨੂੰ ਪਸੰਦ ਆਵੇ ਮੇਰੇ ਨਾਲ ਰਾਬਤਾ ਕਰ ਸਕਦਾ। ਮੇਰਾ ਫੋਨ ਨੰਬਰ 0344-79-6076, ਵਟਸਐਪ ਵੀ ਹੈ, ਈਮੇਲ ਨੰਬਰ ਵੀ ਹੈ। 1 ਨੰਬਰ ਜੈਜ਼ ਦਾ 0306-96-19-664। ਅਤੇ ਗਾਂ ਬੜੀ ਚੰਗੀ ਹੈ, ਮਾਸ਼ਾਅੱਲਾ ਸੋਹਣਾ ਥਣ ਲੱਗਿਆ, ਮਗਰ ਵੱਛੀ ਬੜੀ ਪਿਆਰੀ ਹੈ, ਬੜੀ ਖੂਬਸੂਰਤ ਹੈ। ਅਤੇ ਗਾਂ ਤਾਰਾਂ ਵੀ ਕੀਤੀ ਜਾਂਦੀ ਜੀ? ਤਾਰਾਂ ਬੋਲੀ ਖੜੀ ਨੇ, ਬੋਲੀ ਖੜੀ ਜੀ। ਠੀਕ ਹੈ ਜੀ, ਕਿਹੜਾ ਦੋਸਤ ਲਏਗਾ ਦੁੱਧ ਵੀ ਪੀਵੇਗਾ ਔਰ ਟੀਕਾ ਵੀ ਖਾ ਸਕਦਾ, ਇਹ ਜੀ ਦੋਹਰੀ ਬੱਚਤ ਹੋ ਸਕਦੀ ਹੈ। ਅਤੇ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਦੋਸਤਾਂ ਨੂੰ ਬੜੀ ਪਸੰਦ ਆਏਗੀ, ਔਰ ਜਾਗਦੇ ਹੋ ਮਿਲਣੇ ਅਗਲੀ ਵੀਡੀਓ 'ਤੇ। ਪਾਕਿਸਤਾਨ ਜ਼ਿੰਦਾਬਾਦ, ਅੱਲਾ ਹਾਫਿਜ਼।